चल आ जा फिर, कोई गल बात है, कोई गप शप मार लईए, मिल नहीं यार। ओए अल्लाह दे बंदे, असी नवा घर बनाया जी। अच्छा, 1 करोड़ रुपए लगा। बस ओए अल्लाह दे बंदे, सिर्फ वाशरूम ही ओदा 9 लाख दा बनया जी। अच्छा, वाशरूम सिर्फ। बह जा जी। आए और तू सुना की करदा हूं अजकल? आपां की पैसा ही इन्ना वा काम करन दी जरूरत ही कोई? पैसा तोड़े को बड़ा जी बस साला तेदा 9 लाख दा। साडा वाशरूम पूरे 50 लाख दा। वाशरूम कल वाशरूम डेली बदली दा, रोजाना बदल लाने, रोजाना बदल है घर ही पूरा क्या, सिर्फ वाशरूम ही बदल, वाशरूम वाश। अच्छा, कोठी ते अपनी 2 किलियां जा। अच्छा, पैसा ही बड़ा, समझ नहीं। पैसा है ही बड़ा दस्ता जी। पैसा तो तुम्हारे को बड़ा या ओ तुम्हारी ट्रेन जाई जाती जाए, ये किधर लाई जाते? ओ छोटा भरा स्कूल चला। ओ देख जहाज भी जाई जाता। ओ यार जो मेरा वड्डा भरा नहीं है, वो बिजनेस के चक्कर में दूसरे शहर चला, तो फिर थोड़ा मसला हो जाता ना। पैसा ही माशाल्लाह तुम्हारे को तो पैसा है ही बड़ा। ਤੁਹਾਡੇ ਕੋਠੀ ਤੇ ਕਿੰਨਾ ਖਰਚਾ ਆ ਗਿਆ ਸੀ? 2 ਕਿੱਲੇ ਚ ਕੋਠੀ ਬਣਾਈ ਜੇ ਯਾਰ, ਉਹਦੇ ਉੱਤੇ ਤਕਰੀਬਨ 50 ਕਰੋੜ ਆ ਗਿਆ ਸੀ ਖਰਚਾ ਕੋਠੀ ਦਾ। ਕੋਠੀ ਪੈਸਾ ਤੈਨੂੰ ਪਤਾ ਹੈ ਹੀ ਬੜਾ। ਅੱਛਾ ਅੱਛਾ, ਹੋਰ ਯਾਰ ਤੂੰ ਕਿਉਂ ਆਇਆ ਫਿਰ? ਯਾਰ ਜਿਹੜਾ ਮੇਰਾ ਹੈਲੀਕਾਪਟਰ ਸੀ ਉਹ ਪੈਂਚਰ ਹੋ ਗਿਆ। ਓਏ ਤੂੰ ਆਪ ਤੁਰ ਕੇ ਆ ਗਿਆ, ਅੱਲਾ ਦੇ ਬੰਦੇ ਆ ਤੂੰ, ਫੌਜੀ ਬੰਦਾ ਮੈਨੂੰ ਲੱਗਦਾ ਫਿਰ ਤਾਂ ਹੀ ਫਿਰ ਤੁਰ ਕੇ ਹੀ ਆ ਗਿਆ। ਓਏ ਹਾਂ ਯਾਰ, ਇਦਾਂ ਦੇ ਮਸਲੇ ਮਸਲ ਮੈਂ ਤੈਨੂੰ ਇੱਕ ਗੱਲ ਸੁਣਾਉਣਾ। ਕਿਹੜੀ ਗੱਲ? ਆਹ ਲਈ ਤੇ ਪੁਰਾਣੀਆਂ ਗੱਲਾਂ ਹੋ ਗਈਆਂ। 1985 ਚ ਹੋਈ ਜੰਗ। ਅੱਛਾ, ਦੁਸ਼ਮਣ ਸਾਹਮਣੇ ਹੋ ਗਈ, ਮੈਂ ਉਹਨਾਂ ਦੇ ਸਾਹਮਣੇ, ਉਹ ਮੇਰੇ ਸਾਹਮਣੇ, ਅਸੀਂ ਆਮਣੋ ਸਾਹਮਣੇ। ਅੱਛਾ ਜੀ, ਸਾਲੀ ਫੌਜ ਡਰੇ ਅੱਗੇ ਤੁਰੀ ਨਾ, ਮੈਂ ਚੜਿਆ ਟੈਂਕ 'ਚ, ਲਾਇਆ 5ਵਾਂ ਗੇਅਰ, ਨਿਸਾ ਰੱਖਿਆ, ਟੈਂਕ ਜਾਈ ਜਾਵੇ ਦੁਸ਼ਮਣ ਅੱਗੇ ਡਰਨ ਇਹ ਕਿਹੜੀ ਛਾਈ ਜਾਂਦੀ, ਟੈਂਕ ਨਿਸਾਈ ਜਾਵਾਂ, ਉਹਨਾਂ ਨੇ ਮੇਰੇ ਗੋਲੀਆਂ ਮਾਰਦੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਤਾਂ ਲੱਗੇ ਨਾ ਟੈਂਕ ਦੇ ਲੱਗੀ ਜਾਵੇ, ਮੈਂ ਅੰਦਰ ਚੋਂ ਬੈਠਾ ਸੀਗਾ ਤੇ ਮੈਂ ਜਦੋਂ ਗੋਲੇ ਮਾਰੇ, ਉਹ ਸਾਲਿਆ ਪਤਾ ਲੱਗੇ ਇਹ ਤਾਂ ਟੈਂਕ ਹੀ ਖਰਾਬ ਆ, ਮੈਂ ਲਾਇਆ ਪਿਛਲਾ ਗੇਅਰ, ਉਹ ਪਿੱਛੇ ਵੀ ਨਾ ਜਾਵੇ ਨਾ ਅੱਗੇ ਜਾਵੇ, ਫਿਰ ਮੈਂ ਛੇਤੀ ਛੇਤੀ ਉਤਰਿਆ, ਮੈਂ ਥੱਲੇ ਜਾ ਕੇ ਦੇਖਿਆ ਉਹ ਟੈਂਕ ਦੀ ਚੈਨ ਹੀ ਨਾ ਚੱਲੇ, ਜੇ ਮੈਂ ਮੁੜ ਦੁਬਾਰਾ ਵਿੱਚ ਜਾ ਗਿਆ ਮੈਨੂੰ ਪਤਾ ਲੱਗਿਆ ਤੇ ਕੁੱਤੇ ਫੇਲ ਹੋ ਗਏ, ਟੈਂਕ ਦੇ ਕੁੱਤੇ ਫੇਲ ਹੋ ਗਏ, ਕੁੱਤੇ ਫੇਲ ਹੋ ਗਏ। ਫਿਰ ਮੈਂ ਕੀ ਕੀਤਾ, ਦੂਸਰਾ ਇੰਜਨ ਸਟਾਰਟ ਕੀਤਾ, ਮਾਰਿਆ ਪਿਛਲਾ ਗੇਅਰ, ਟੈਂਕ ਨੇ ਖਾਧੀ ਬਾਜ਼ੀ, ਪਰ ਬਾਜ਼ੀ ਜਦੋਂ ਖਾਧੀ ਨਾ ਮੈਂ ਉਹਨੂੰ ਸਿੱਧਾ ਕਰ ਲਿਆ ਜ਼ੋਰ ਲਾ ਕੇ, ਫਿਰ ਵਾਪਸ ਲੈ ਗਿਆ, ਨਸਾਈ ਲਗਿਆ। ਉਹਨਾਂ ਨੇ ਜਾ ਕੇ ਮੈਨੂੰ ਪੁੱਛਿਆ ਕੈਪਟਨ ਕੀ ਹੋਇਆ, ਮੈਂ ਕਿਹਾ ਹੋਇਆ ਤੇ ਕੁਛ ਨਹੀਂ ਸਾਲੇ, ਤੇ ਕੁੱਤੇ ਫੇਲ ਹੋ ਗਏ, ਕੁੱਤੇ ਫੇਲ ਹੋ ਗਏ, ਟੈਂਕ ਨੂੰ ਖਰਾਬ ਦੇ ਦਿੱਤਾ ਉਹਨਾਂ ਨੇ, ਟੈਂਕ ਇਹ ਤਾਂ ਮਸਲਾ ਸੀ, ਜਾਂ ਫਿਰ ਇਹ ਤਾਂ ਸਾਰਾ ਦੇਸ਼ ਆਪਣਾ ਸੀ ਅੱਲਾ ਦੇ ਬੰਦੇ ਆ, ਬੜੀ ਮਿਹਨਤ ਮੈਂ ਕੀਤੀ ਸੀ ਉਸ ਜੰਗ ਮਗਰ। ਹੋਰ ਤੂੰ ਸੁਣਾ? ਮੈਂ ਕੀ ਸੁਣਾਵਾਂ, ਉਹ ਕੁੱਤੇ ਫੇਲ ਹੋਏ ਤੇ ਮੈਨੂੰ ਆਪਣੀ ਗੱਲ ਯਾਦ ਆ ਗਈ, ਉਹ ਮੇਰੇ ਸਾਈਕਲ ਦੇ ਵੀ ਇੱਕ ਵਾਰੀ ਕੁੱਤੇ ਫੇਲ ਹੋ ਗਏ ਸੀਗੇ। ਸਾਈਕਲ? ਆਹੋ। ਅੱਛਾ ਅੱਛਾ, ਫਿਰ ਅੱਗੇ चलें जी, इनकी ये बकचोदी तो चलती रहेगी, अपना वक्त जाया ना करें, और जाने से पहले हमारी वीडियो को लाइक कर दें और चैनल को भी सब्सक्राइब कर दें। थैंक यू एंड खुदा हाफिज।